ਪੰਜਾਬ ਸਰਕਾਰ ਸਿੱਖਿਆ, ਸਿਹਤ ਅਤੇ ਪਰਿਆਵਰਣ ਸੁਧਾਰਨ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ, ਪਰ ਜ਼ਰੂਰਤ ਹੈ ਕਿ ਰਾਜ ਦੇ ਸਨਅਤਕਾਰ ਵੀ ਇਸ ਕੰਮ ਵਿੱਚ ਸਹਿਯੋਗ ਦੇਣ। ਇਹ ਵਿਚਾਰ ਸਿੱਖਿਆ ਅਤੇ ਪਰਿਆਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ CII ਦੀ ਪੰਜਾਬ ਸਟੇਟ ਕਾਊਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਇਸ ਸਾਲ 1000 ਕਰੋੜ ਰੁਪਏ ਸਿੱਖਿਅਕ ਢਾਂਚੇ ਦੀ ਬਿਹਤਰੀ ਲਈ ਨਿਵੇਸ਼ ਕਰ ਰਹੀ ਹੈ। CII ਵੱਲੋਂ ਸ਼੍ਰੀ ਸੋਨੀ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਚੇਅਰਮੈਨ CII, ਪੰਜਾਬ ਕੌਂਸਲ ਸਰਬਜੀਤ ਸਿੰਘ ਸਮਰਾ, ਇਬਾਦਤ ਸਿੰਘ, ਸਾਬਕਾ ਕੌਂਸਲਰ ਕ੍ਰਿਸ਼ਨ ਸ਼ਰਮਾ, ਸਾਬਕਾ ਕੌਂਸਲਰ ਧਰਮਵੀਰ ਸਰੀਨ, ਕਮਲ ਡਾਲਮੀਆਂ ਸਮੇਤ ਕਈ ਲੋਕ ਮੌਜੂਦ ਸਨ। ਚਾਹੇ ਉਹ ਡਿਵੈਲਪਮੈਂਟ 'ਤੇ ਹੈ, ਚਾਹੇ ਇਹ ਸਭ ਤੋਂ ਪਹਿਲਾਂ ਇੰਡਸਟਰੀ ਦੀ ਤੁਸੀਂ ਸ਼ੁਰੂਆਤ ਕੀਤੀ ਗੱਲ ਸਟੇਟ ਲੈਵਲ ਦੀ CII ਦੀ ਮੀਟਿੰਗ ਸੀਗੀ, ਇੰਡਸਟਰੀਜ ਦੀ ਸਾਰੀ ਅੰਮ੍ਰਿਤਸਰ 'ਚ। ਸੋ ਮੀਟਿੰਗ ਕੀਤੀ ਆ, ਕਾਫੀ ਜਿਹੜੀ ਇੰਡਸਟਰੀ ਨੂੰ ਪ੍ਰੋਬਲਮਸ ਆ ਉਹਦੇ ਬਾਰੇ ਵੀ ਡਿਸਕਸ਼ਨ ਕੀਤੀ ਆ, ਖਾਸ ਕਰਕੇ ਇਨਵਾਇਰਮੈਂਟ ਅਤੇ ਐਜੂਕੇਸ਼ਨ 'ਤੇ, ਕਿਉਂਕਿ ਮੇਰੇ ਕੋਲ ਦੋ ਡਿਪਾਰਟਮੈਂਟ ਹੈ, ਐਜੂਕੇਸ਼ਨ ਦਾ ਵੀ, ਇਨਵਾਇਰਮੈਂਟ ਦਾ ਵੀ ਆ। ਸੋ ਇਹਦੇ 'ਤੇ ਕਾਫੀ ਖੁੱਲ੍ਹ ਕੇ ਡਿਸਕਸ਼ਨ ਹੋਈ ਹੈ। ਸੋ ਮੈਂ ਸਾਰੀ ਇੰਡਸਟਰੀ ਨੂੰ ਰਿਕੁਐਸਟ ਕੀਤੀ ਆ, ਇੱਕ ਤਾਂ ਇਹਨਾਂ ਕੋਲ CSR ਦੇ ਫੰਡ ਹੁੰਦੇ ਨੇ ਜਿਹੜੇ ਇੰਡਸਟਰੀ ਕੋਲ, ਇਹਨਾਂ ਰਿਕੁਐਸਟ ਕੀਤੀ ਹੈ ਕਿ ਸਾਡੇ ਸਕੂਲ ਅਡੋਪਟ ਕਰੋ, ਉੱਥੇ ਆਪਣੇ ਜਿਹੜੇ ਫੰਡ ਤੁਹਾਡੇ ਕੋਲ ਹੈਗੇ ਸਾਡੇ ਸਕੂਲਾਂ ਦੇ ਲਾਓ। ਮੇਰੀ ਗੱਲ ਨੂੰ ਇਹਨਾਂ ਮੰਨਿਆ। ਸੋ ਇਹ ਕੋਈ ਨਾ ਕੋਈ ਸਕੂਲ ਆਪਣੇ ਇਲਾਕਿਆਂ 'ਚ ਅਡੋਪਟ ਕਰਨਗੇ, ਸਕੂਲਾਂ ਦੀ ਜਿਹੜੀ ਹਾਲਤ ਆ ਉਹਨੂੰ ਸੁਧਾਰਨਗੇ, ਜਿੱਥੇ ਕਮਰੇ ਦੀ ਘਾਟ ਆ ਬਣਾ ਕੇ ਦੇਣਗੇ ਸਾਨੂੰ। ਦੂਸਰਾ ਇਨਵਾਇਰਮੈਂਟ 'ਤੇ ਗੱਲ ਕੀਤੀ ਹੈ। ਸੋ ਇਨਵਾਇਰਮੈਂਟ ਜਿਹੜਾ ਅਸੀਂ ਸਾਰਿਆਂ ਦਾ ਸਹਿਯੋਗ ਲੈਣਾ, ਪੰਜਾਬ ਦੇ ਵਾਤਾਵਰਨ ਨੂੰ ਅਸੀਂ ਠੀਕ ਰੱਖਣਾ। ਸੋ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਿ ਇੰਡਸਟਰੀ ਜਿਹੜੀ ਆ, ਜਿੰਨੀ ਵੀ ਇੰਡਸਟਰੀ ਆ, ਸਾਰਾ ਆਪਣਾ ਪਾਣੀ ਜਿਹੜਾ ਉਹਨੂੰ ਟ੍ਰੀਟਮੈਂਟ ਕਰਕੇ, ਆਪਣੇ ਪਲਾਂਟ ਜਿਹੜੇ ਉਹਨਾਂ ਨੂੰ ਚਾਲੂ ਰੱਖੋ, ਟ੍ਰੀਟਮੈਂਟ ਕਰਕੇ ਫਿਰ ਨਾਲਿਆਂ 'ਚ, ਦਰਿਆਵਾਂ 'ਚ ਆਪਣਾ ਪਾਣੀ ਭੇਜੋ, ਜਿਹਦੇ ਨਾਲ ਪੋਲਿਊਸ਼ਨ ਕਾਫੀ ਘੱਟ ਸਕੇ। ਸੋ ਕਾਫੀ ਅਸੀਂ ਡਿਸਕਸ਼ਨ ਕੀਤੀ ਹੈ। ਸੋ ਸਾਰਿਆਂ ਨੇ ਮੈਨੂੰ ਭਰੋਸਾ ਦਵਾਇਆ ਵੀ ਅਸੀਂ ਸਾਰੇ ਸਿਸਟਮ ਦੇ ਨਾਲ ਆ, ਤੁਹਾਡੇ ਨਾਲ ਆ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਇਸ ਮੀਟਿੰਗ ਵਿੱਚ ਬਤੌਰ ਚੀਫ ਗੈਸਟ ਸ਼੍ਰੀ OP ਸੋਨੀ ਜੀ, ਜਿਹੜੇ ਮਿਨਿਸਟਰ ਹਨ ਪੰਜਾਬ ਸਰਕਾਰ ਦੇ, ਉਹ ਸਾਡੇ ਵਿੱਚ ਸ਼ਾਮਿਲ ਹੋਏ ਔਰ ਉਹਨਾਂ ਨੇ ਇੰਡਸਟਰੀ ਦੀਆਂ ਜਿਹੜੀਆਂ ਪ੍ਰੋਬਲਮਸ ਹਨ ਉਹ ਉਹਨਾਂ ਨਾਲ ਇੰਡਸਟਰੀ ਨੇ ਖੁੱਲ੍ਹ ਕੇ ਡਿਸਕਸ ਕੀਤੀਆਂ ਔਰ ਉਹਨਾਂ ਨੇ ਪੂਰਾ ਆਸ਼ਵਾਸਨ ਦਵਾਇਆ ਕਿ ਉਹ ਜਿਹੜੀ ਇੰਡਸਟਰੀ ਜਿਹੜੀਆਂ ਪ੍ਰੋਬਲਮਸ ਫੇਸ ਕਰ ਰਹੀ ਹੈ ਉਹਨੂੰ ਉਹਦਾ ਉਹ ਭਲੀ ਭਾਂਤ ਜਿਹੜਾ ਉਹ ਹੱਲ ਕਰਾਉਣਗੇ। ਔਰ ਜਿਹੜੀ ਐਜੂਕੇਸ਼ਨ ਦੇ ਵਿੱਚ ਬਤੌਰ CSR ਜਿਹੜੇ ਸਾਡੇ ਮੈਂਬਰਸ ਆਪਣਾ ਯੋਗਦਾਨ ਪਾ ਰਹੇ ਹਨ।